ਇੱਕ ਕੱਲ੍ਹ ਦੀ ਗੱਲ ਹੈ ਜੀ। ਕੱਲ੍ਹ ਅਸੀਂ ਬਾਹਰ ਬੰਨੀਆਂ ਹੁੰਦੀਆਂ ਜੀ ਬੱਕਰੀਆਂ, ਆਪ ਅਸੀਂ ਇੱਦਾਂ ਨਾਲ ਮੰਜੇ ਢਾਲੇ ਵੇ ਤੇ ਸੁੱਤੇ ਵੇ ਤੇ ਜੀ, ਤਾਂ 3:20 'ਤੇ ਆ ਕੇ ਬਾਘ ਪੈ ਗਿਆ ਜੀ। ਅੱਛਾ, ਬਾਘ ਤਾਂ ਜੀ ਤੰਦੂਆ ਤਾਂ ਜੀ, ਜਿੱਦਾਂ ਅਸੀਂ ਉੱਠ ਕੇ ਤਾੜ ਮਾਰੀ ਉਹ ਛੱਡ ਕੇ ਬੱਕਰੀ ਨੱਠ ਗਿਆ ਜੀ। ਬੱਕਰੀ ਨੂੰ ਕਿੱਥੇ ਕੀਤਾ ਉਹਨੇ ਹਮਲਾ? ਬੱਕਰੀ ਨੂੰ ਗਲ 'ਤੇ ਕੀਤਾ ਵਾ ਜੀ ਹਮਲਾ। ਅੱਛਾ ਹਾਂਜੀ, ਗਲ 'ਤੇ ਦੰਦ ਲਾਏ। ਅੱਛਾ ਹਾਂਜੀ, ਉਹਦਾ ਬਚਾਅ ਹੋ ਗਿਆ? ਹਾਂ ਉਦੋਂ ਬਚਾਏ ਜੀ। ਅੱਛਾ ਹਾਂਜੀ, ਇਹ ਹੁਣ ਕਿਹਾ, ਫਿਰ ਉਸ ਤੋਂ ਬਾਅਦ ਕਿਆ ਇਲਾਜ ਕੀਤਾ ਫਿਰ? ਇਲਾਜ ਕੁਛ ਨਹੀਂ ਕੀਤਾ ਜੀ, ਫਿਰ ਡਾਕਟਰ ਬੁਲਾ ਕੇ ਡਾਕਟਰ ਦੇ ਟੀਕੇ ਲਵਾਏ ਜੀ, ਮਹਿਕਮੇ ਵਾਲਿਆਂ ਨੂੰ, ਸਰਪੰਚ ਨੂੰ ਫੋਨ ਕੀਤਾ, ਸਰਪੰਚ ਨੇ ਮਹਿਕਮੇ ਵਾਲੇ ਨੂੰ ਕੀਤਾ। ਅੱਛਾ ਜੀ, ਤਾਂ ਅੱਜ ਮਹਿਕਮੇ ਵਾਲੇ ਆ ਕੇ ਦੇਖ ਗਏ ਆ ਕੇ, ਉਹ ਕਹਿੰਦੇ ਵੀ ਪਿੰਜਰ ਲਾ ਦਿੰਦੇ। ਠੀਕ ਹੈ, ਕਿਆ ਕਿਆ ਕਾਰਨ ਹੈ ਵੀ ਤੁਹਾਡੀ ਵੀ ਕਿੰਨਵੀਂ ਕਈ ਵਾਰੀ ਹਮਲਾ ਹੋ ਗਿਆ ਤੁਹਾਡੇ? ਹਾਂਜੀ ਵੀਰ, 2 ਬੱਕਰੀਆਂ ਪਹਿਲਾਂ ਵੀ ਮੇਰੀਆਂ ਖਾ ਹੋ ਗਈਆਂ ਜੀ, ਤਾਂ ਧੀ ਇਹ ਫਿਰ ਹੁਣ ਤਾਂ ਅੱਜ ਤਾਂ ਘਰੇ ਹੀ ਆ ਗਿਆ ਨਾ ਜੀ। ਕਿਹਾ ਵੀ ਕਿਆ ਮਹਿਕਮੇ ਦੀ ਨਲੈਕੀ ਮੰਨਦੇ ਤੁਸੀਂ ਇਸ 'ਚ ਵੀ? ਕਿਉਂਕਿ ਨਹੀਂ, ਅਸੀਂ ਇਸ ਬਾਰੇ ਅਸੀਂ ਕਿਆ ਕਹਿ ਸਕਦੇ ਜੀ ਹੁਣ। ਚਲੋ ਪਿਛਲੀਆਂ ਬੱਕਰੀਆਂ ਦਾ ਜਿੱਦਾਂ ਹੋਇਆ ਤੁਹਾਡਾ, ਤਾਂ ਉਹ ਮਹਿਕਮੇ ਵੱਲੋਂ ਮਿਲ ਗਿਆ ਸੀ ਮੁਆਵਜ਼ਾ ਕਿ ਨਹੀਂ? ਨਹੀਂ, 1 ਬੱਕਰੀ ਦਾ ਮਿਲ ਗਿਆ ਜੀ, 2 ਬੱਕਰੀਆਂ ਦਾ ਦਿੱਤਾ ਵਾ ਜੀ। ਉਹ ਤਾਂ ਪਿਛਲੇ ਮੇਰੇ ਖਲ ਹੋ ਗਿਆ, ਸਾਲ ਕੁ, 1.5 ਸਾਲ ਹੋ ਗਿਆ ਪਹਿਲਾਂ, ਉਹਦਾ ਮਿਲ ਗਿਆ ਤਾ ਜੀ। ਅੱਛਾ ਅੱਛਾ, ਹੁਣ 2 ਦਾ ਦਿੱਤਾ ਵਾ ਜੀ। ਠੀਕ, ਹਾਂਜੀ। ਤੁਹਾਡਾ ਮੇਨ ਕੰਮ ਕਿਆ ਹੈ? ਮੇਨ ਕੰਮ ਮੇਰਾ ਕੁਛ ਨਹੀਂ ਹੈ ਜੀ, ਮੈਂ ਦਿਹਾੜੀ ਧੁੱਪਾ ਕਰਦਾ ਤਾ ਜੀ, ਫਿਰ ਮੈਂ ਬਿਮਾਰ ਹੋ ਗਿਆ ਤਾ ਜੀ, ਫਿਰ ਉਹਦੇ ਬਾਅਦ ਫਿਰ ਮੈਂ ਕੰਮ ਕਰਨਾ ਛੱਡਤਾ, ਫਿਰ ਹੁਣ ਮੇਰਾ ਬੱਕਰੀਆਂ ਦੇ ਕੰਮ। ਕਿੰਨੀਆਂ ਕੁ ਬੱਕਰੀਆਂ? ਬੱਕਰੀਆਂ ਮੇਰੇ ਕੋਲ ਇਸ ਵੇਲੇ 6-7 ਬੱਕਰੀਆਂ ਹੈਗੀਆਂ, ਬਾਕੀ ਉੱਧਰ ਤਾਂ 8-9 ਨਾਗ ਹੈਗੇ ਆ ਜੀ, 10 ਛੋਟੇ ਬੜੇ ਪਾ ਕੇ। ਹਾਂਜੀ, ਬੜੀਆਂ ਬੱਕਰੀਆਂ ਮੇਰੇ ਕੋਲ ਇਹ 4-5 ਬੱਕਰੀਆਂ ਹੈਗੀਆਂ। ਕਿਆ ਮੰਗ ਕਰਦੇ ਸਾਡੇ ਪ੍ਰਸ਼ਾਸਨ ਨੂੰ? ਮੰਗ ਅਸੀਂ ਕਿਆ ਕਰਨੀ ਜੀ, ਮੰਗ ਇਹੀ ਹੈ ਵੀ ਸਾਨੂੰ ਸਹੂਲਤ ਮਿਲ ਜਾਂਦੀ, ਇਹਦਾ ਇਲਾਜ ਹੋਣਾ ਚਾਹੀਦਾ। ਤਾਂ ਮਹਿਕਮੇ ਵਾਲੇ ਆਏ ਵੀ ਤੇ ਉਹ ਕਹਿ ਗਏ ਵੀ ਅਸੀਂ ਪਿੰਜਰਾ ਲਾ ਦਿੰਦੇ ਹਾਂ ਜੀ। ਹਾਂ, ਕੱਲ੍ਹ ਨੂੰ ਉਹ ਕੱਲ੍ਹ ਸਵੇਰ ਨੂੰ ਕਹਿ ਗਏ ਵੀ ਕੱਲ੍ਹ ਸਵੇਰ ਨੂੰ ਪਿੰਜਰਾ ਸਾਡਾ ਆ ਜਾਣਾ, ਕੱਲ੍ਹ ਸਵੇਰ ਨੂੰ ਪਿੰਜਰਾ ਲੱਗ ਜਾਣਾ। ਇਹ ਤੜਕੀ ਬਾਗ ਪੈ ਗਿਆ ਬੱਕਰੀ ਨੂੰ, ਅਸੀਂ ਸੁੱਤੇ ਤੇ ਜਦ ਉਹ ਇਹਨੂੰ ਛੇੜਾ ਜਿਹਾ ਹੋਇਆ, ਫਿਰ ਅਸੀਂ ਉੱਠ ਕੇ ਦੇਖਿਆ ਤਾਂ ਉਹ ਜਾਂਦਾ ਦੇਖਿਆ, ਇਹਨੂੰ ਛੱਡ ਗਿਆ ਉਦਾਂ। ਫਿਰ ਹੁਣ ਇਹ ਇੱਦਾਂ ਸੁੱਜ ਗਈ, ਪਤਾ ਨਹੀਂ ਕਿਆ, ਕਹਿੰਦੇ ਜ਼ਹਿਰ ਫੈਲ ਗਿਆ ਕਿ ਕਿਆ ਹੋਇਆ ਕਿਆ ਨਹੀਂ। ਹੁਣ ਸਾਨੂੰ ਡਰ ਹੈ ਵੀ ਜਿੱਦਾਂ ਹੁਣ ਜਲਫਾ ਵੀ ਤੁਰੇ ਵੇ, ਬੱਚੇ ਵੀ ਛੋਟੇ ਛੋਟੇ ਤੁਰੇ ਵੇ ਸਾਡੇ, ਫਿਰ ਉਹ ਡਰ ਤਾਂ ਹੈਗਾ ਇਹ ਨਾ ਸਾਰਿਆਂ ਨੂੰ ਵੀ ਕੁਛ ਨਾ ਕੁਛ ਪਿੰਜਰਾ ਜਾਂ ਕੁਛ, ਉਹ ਕਹਿੰਦੇ ਲਾ ਜੂੰਗੇ ਪਿੰਜਰਾ ਅਸੀਂ। ਹਾਂਜੀ, ਪਹਿਲਾਂ ਵੀ ਤੁਹਾਡੇ? ਹਾਂਜੀ, 2 ਪਹਿਲਾਂ ਖਾ ਲਏ ਤੇ ਉਹਨਾਂ ਦੇ ਫਾਰਮ ਗਏ ਵੇ ਆ, ਉਹ ਕਰਦੇ ਆ ਉਦਾਂ ਮਹਿਕਮੇ ਵਾਲੇ ਕੰਮ ਆਪਣਾ ਕਰਿਆ ਕਰਦੇ। ਹਾਂਜੀ, ਆਏ ਤੇ ਉਹ ਕਹਿੰਦੇ ਅੱਜ ਕੱਲ੍ਹ ਪਿੰਜਰਾ ਲਾ ਦਿੰਦੇ ਆ ਤੁਹਾਡੇ ਇੱਥੇ। ਮੇਰਾ ਨਾਮ ਜਸਵੀਰ ਸਿੰਘ ਬਾਣਗਾੜ ਹੈ ਅਤੇ ਮੇਰੀ ਆਪਣਾ ਇੱਥੇ ਡਿਊਟੀ ਹੈ ਜੀ, ਅਤੇ ਮੈਂ ਕੱਲ੍ਹ ਮਤਲਬ ਉੱਥੇ ਜਾ ਕੇ ਮੌਕੇ 'ਤੇ ਪਿੰਡ ਦੇ ਵਿੱਚ ਜਾ ਕੇ ਜਿਨ੍ਹਾਂ ਦੀ ਬੱਕਰੀ ਹੈ ਰਾਮ ਲਾਲ ਜੀ ਨੂੰ ਮਿਲਿਆ ਸੀ, ਅਤੇ ਮੈਂ ਬੱਕਰੀ ਦਾ ਮਤਲਬ ਦੇਖਿਆ ਜੋ ਵੀ ਮਤਲਬ ਜਦੋਂ ਮਤਲਬ ਜਾਨਵਰ ਆਇਆ ਉਹਨੇ ਅਟੈਕ ਕੀਤਾ ਜੀ, ਅਤੇ ਅਟੈਕ ਦੇ ਦੌਰਾਨ ਮਤਲਬ ਸਿਰਫ ਉਹਦੇ 1 ਸਾਈਡ ਗਲੇ 'ਤੇ ਹੀ ਮਤਲਬ ਥੋੜ੍ਹਾ ਨਾਖੂਨ ਲੱਗਿਆ ਜੀ, ਜਿਹਦੇ ਕਰਕੇ ਥੋੜ੍ਹਾ ਨਾ ਮਤਲਬ ਜ਼ਹਿਰ ਵਗੈਰਾ ਉਹਦੇ ਸਰੀਰ ਦੇ ਵਿੱਚ ਫੈਲ ਗਿਆ। ਜ਼ਹਿਰ ਫੈਲਣ ਕਰਕੇ ਉਹਨਾਂ ਨੇ ਡਾਕਟਰ ਨਾਲ ਤਾਲਮੇਲ ਕੀਤਾ, ਡਾਕਟਰ ਨਾਲ ਤਾਲਮੇਲ ਕਰਨ ਤੋਂ ਬਾਅਦ ਡਾਕਟਰ ਨੇ ਇੰਜੈਕਸ਼ਨ ਵਗੈਰਾ ਲਗਾਏ, ਅਤੇ ਮੈਂ ਆਪ ਜਾ ਕੇ ਦੇਖਿਆ ਪਰ ਥੋੜ੍ਹੀ ਸੋਜਿਸ਼ ਆ ਗਈ ਸੀ ਬੱਕਰੀ ਦੇ ਸਰੀਰ ਨੂੰ। ਅਤੇ ਸਭ ਤੋਂ ਬੜੀ ਗੱਲ ਇਹ ਹੈ ਕਿ ਉੱਥੇ ਮਤਲਬ ਜਿਹੜਾ ਇਹਨਾਂ ਦਾ ਮਕਾਨ ਬਣਿਆ ਹੋਇਆ ਨਾ ਜੀ, ਉਹ ਬਿਲਕੁਲ ਜੰਗਲ ਦੇ ਨਾਲ ਹੈ, ਅਤੇ ਜੰਗਲ ਦੇ ਨਾਲ ਹੋਣ ਕਰਕੇ ਹੁਣ ਜਿਹੜਾ ਮਤਲਬ ਜੰਗਲੀ ਜਾਨਵਰ ਹੈ ਉਹ ਬਿਲਕੁਲ ਇਹ ਉੱਥੇ ਕਿਤੇ ਆਸ ਪਾਸ ਹੀ ਰਹਿੰਦਾ, ਜਿਹੜਾ ਤੇਂਦੂਆ ਇਹ ਮਤਲਬ ਜਿਹੜੀਆਂ ਰਹਿਸ਼ਾਂ ਹੈ ਮਤਲਬ ਪਿੰਡ ਹੈ ਜਾਂ ਕੁਛ ਹੈ ਰੱਖ ਲਓ ਤੁਸੀਂ, ਇਹ ਬਿਲਕੁਲ ਉਹਦੇ ਰਹਿਸ਼ਾਂ ਦੇ ਕੋਲ ਰਹਿੰਦਾ ਜੀ। ਅਤੇ ਹੁਣ ਉੱਥੇ ਅਟੈਕ ਕਰਨ ਦਾ ਸਭ ਤੋਂ ਬੜਾ ਰੀਜ਼ਨ ਇਹ ਗਾ ਜੀ
ਕਿ ਆਪਣਾ ਜਿਹੜੇ ਇਹ ਮਤਲਬ ਜਦੋਂ ਬੱਕਰੀਆਂ ਛੱਡਦੇ ਆ ਜੀ, ਇਹ ਬੱਕਰੀਆਂ ਛੱਡਦੇ ਆ, ਇਹ ਉਸੇ ਏਰੀਏ ਦੇ ਵਿੱਚ ਨਾਲ ਨਾਲ ਘੁਮਾਉਂਦੇ ਰਹਿੰਦੇ ਆ, ਅਤੇ ਜਿਹੜਾ ਆਪਣਾ ਤੇਂਦੂਆ ਹੈ, ਤੇਂਦੂਆ ਇਹ ਉਸੇ ਏਰੀਏ ਦੇ ਵਿੱਚ ਰਹਿੰਦਾ ਹੈ, ਕਦੇ ਇਹ ਮਤਲਬ ਰਾਏਪੁਰ ਵਾਲੀ ਸਾਈਡ ਚਲਾ ਜਾਂਦਾ ਜੀ, ਕਦੇ ਇੱਧਰ ਜਸ ਹੋਸਪਿਟਲ ਵਾਲੀ ਸਾਈਡ ਆ ਜਾਂਦਾ ਜੀ। ਹੁਣ ਜਸ ਹੋਸਪਿਟਲ ਵੀ ਸਾਡਾ ਜਿਹੜਾ ਇੱਕ ਪਿੰਜਰਾ ਲੱਗਿਆ ਹੋਇਆ ਜੀ, ਹੁਣ ਆਪਣਾ ਜਿਹੜਾ ਇਹਦੇ ਹੰਬਿਆਲ ਦੇ ਨਾਲ ਇਹਦੇ ਨਿੱਕੂ ਨੰਗਲ ਆਪਾਂ 12 ਤਰੀਕ ਨੂੰ ਪਿੰਜਰਾ ਲਾਇਆ ਜੀ, ਅਤੇ ਹੁਣ ਉਹ ਆਪਾਂ ਪਿੰਜਰਾ ਅੱਜ ਮਤਲਬ ਕੱਲ੍ਹ ਮੈਂ ਗਿਆ ਸੀ ਮੌਕਾ ਦੇਖਣ, ਅਤੇ ਅੱਜ ਉਹ ਆਪਾਂ ਪਿੰਜਰਾ ਚੱਕ ਕੇ ਅੱਜ ਮਤਲਬ ਜਿਹੜਾ ਰਾਮ ਲਾਲ ਹੈ, ਰਾਮ ਲਾਲ ਦੇ ਘਰ ਦੇ ਬਿਲਕੁਲ ਆਪਣੇ ਕੋਲ ਆਪਾਂ ਅੱਜ ਲਗਾ ਦੇਣਾ ਹੈ ਜੀ, ਲਗਾ ਦੇਣਾ, ਜਿਹਦੇ ਨਾਲ ਆਪਾਂ ਜਿਹੜਾ ਇਹ ਤੇਂਦੂਏ ਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਕਾਬੂ ਕਰ ਸਕੀਏ ਜੀ। ਆਪਾਂ ਉਹ ਜਿਹੜਾ ਮੁਆਵਜ਼ਾ ਜੀ ਉਹ ਆਪਾਂ ਅਪਲਾਈ ਕੀਤਾ ਹੋਇਆ ਜੀ, ਆਪਣੇ ਵੱਲ ਤੋਂ ਜਿਹੜੇ ਵੀ ਡਾਕੂਮੈਂਟ ਇਹਨਾਂ ਤੋਂ ਸਾਨੂੰ ਚਾਹੀਦੇ ਸੀ ਆਪਾਂ ਲੈ ਕੇ, ਉਹ ਆਪਾਂ ਇਹਦੇ ਕੇਸ ਭੇਜੇ ਹੋਏ ਆ, ਉਹ ਮੁਆਵਜ਼ਾ ਵੀ ਇਹਨਾਂ ਨੂੰ ਮਿਲ ਜੂਗਾ ਜੀ। ਜਦੋਂ ਮੈਂ ਕੱਲ੍ਹ ਮੌਕਾ ਦੇ ਕੇ ਆਇਆ ਸੀ ਉਸ ਟਾਈਮ ਤਾਂ ਦੇਖੋ ਜੀ ਉਹ ਠੀਕ ਹਾਲਾਤ ਦੇ ਵਿੱਚ ਸੀ, ਬੱਕਰੀ ਬਿਲਕੁਲ ਠੀਕ ਸੀ, ਮੈਨੂੰ ਉਹਨੀ ਬਾਹਰ ਕੱਢ ਕੇ ਦਿਖਾਈ, ਮੈਂ ਦੇਖਿਆ ਉਹਦੇ ਸਿਰਫ ਇੱਕ ਸਾਈਡ ਹੀ ਮਤਲਬ ਜਿਹੜਾ ਨਾਖੂਨ ਸੀ ਉਹ ਲੱਗਿਆ ਹੋਇਆ ਸੀ ਗਲੇ 'ਤੇ, ਬਾਕੀ ਬਿਲਕੁਲ ਠੀਕ ਸੀ। ਅਤੇ ਮਤਲਬ ਥੋੜ੍ਹੀ ਸੋਜਿਸ਼ ਆ ਗਈ ਸੀ, ਮੇਰੀ ਡਾਕਟਰ ਸਾਹਿਬ ਨਾਲ ਫੋਨ 'ਤੇ ਗੱਲ ਹੋਈ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਾਂ ਜਿਹੜੇ ਇੰਜੈਕਸ਼ਨ ਵਗੈਰਾ ਜ਼ਹਿਰ ਦੇ ਆਪਾਂ ਲਗਾ ਰਹੇ ਹਾਂ ਉਹ, ਅਤੇ ਹੁਣ ਆਪਾਂ ਅੱਜ ਜਾਣਾ ਜੀ, ਆਪਾਂ ਅੱਜ ਜਾ ਕੇ ਦੁਬਾਰਾ ਆਪਾਂ ਦੇਖਾਂਗੇ, ਅਤੇ ਆਪਣਾ ਜਿਹੜਾ ਜਿੱਥੇ ਵੀ ਉਹ ਕਹਿਣਗੇ ਉੱਥੇ ਆਪਾਂ ਜਿਹੜਾ ਉਹ ਪਿੰਜਰਾ ਆਪਾਂ ਲਗਾ ਦਾਂਗੇ। ਸਰ ਕੀ ਅਪੀਲ ਕਰੋਗੇ ਤੁਸੀਂ, ਅਪੀਲ ਕੀ ਕਰੋਗੇ? ਮੈਂ ਤਾਂ ਇਹੀ ਅਪੀਲ ਕਰਾਂਗਾ ਜੀ, ਮੈਂ ਤਾਂ ਕੱਲ੍ਹ ਵੀ ਉਹਨਾਂ ਨੂੰ ਇਹੀ ਮਤਲਬ ਅਪੀਲ ਕੀਤੀ ਸੀ ਕਿ ਆਪਣਾ ਥੋੜ੍ਹਾ ਰਾਤ ਦੇ ਟਾਈਮ ਅਗਰ ਤੁਸੀਂ ਬਾਹਰ ਨਿਕਲਣਾ ਹੈ ਤਾਂ ਥੋੜ੍ਹਾ ਸੋਟੀ ਵਗੈਰਾ ਅਤੇ ਟੋਰਚ ਵਗੈਰਾ ਲੈ ਕੇ ਨਿਕਲੋ, ਅਤੇ ਆਪਣੇ ਜਿਹੜਾ ਘਰ ਦੀ ਲਾਈਟ ਹੈ ਜਿੱਥੇ ਵੀ ਆਪਾਂ ਮਤਲਬ ਆਲੇ ਦੁਆਲੇ ਘਰ ਦੇ ਥੋੜ੍ਹਾ ਰੱਖੋ ਕਿ ਆਪਣਾ ਆਪਾਂ ਲਾਈਟਾਂ ਵਗੈਰਾ ਜਗਾ ਕੇ ਰੱਖੀਏ, ਕਿਉਂਕਿ ਇਹ ਜਿਹੜਾ ਜਾਨਵਰ ਹੈ ਇਹ ਲਾਈਟਾਂ ਦੇਖ ਕੇ ਨਹੀਂ ਆਉਂਦਾ।